ਰਜਿੰਦਰਾ ਹਸਪਤਾਲ ਵਿੱਚ ਬਣ ਰਹੇ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਬੰਦ ਪਏ ਕੰਮ ਨੂੰ ਸ਼ੁਰੂ ਕਰਾਉਣ ਲਈ ਬੀਜੇਪੀ ਵਰਕਰਾਂ ਦੁਆਰਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਮੌਕੇ ਤੇ ਰਾਜਪੁਰਾ ਹਸਪਤਾਲ ਦੇ ਇੰਚਾਰਜ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਜੇਪੀ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਸੀ ਪਰ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਇਸ ਦਾ ਕੰਮ ਬੰਦ ਕਰਨਾ ਪਿਆ। ਇਸ ਤੋਂ ਇਲਾਵਾ ਹਰਜੀਤ ਸਿੰਘ ਗਰੇਵਾਲ ਨੇ ਕੈਪਟਨ ਸਰਕਾਰ ਤੇ ਹੋਰ ਵੀ ਗੰਭੀਰ ਆਰੋਪ ਲਗਾਏ। ਸਰ ਦੱਸ ਤੋਂ ਵਾਸਤੇ ਜਿਹੜਾ ਹੈਗਾ ਧਰਨਾ ਕਿਸ ਵਿੱਚ ਆਪਾਂ ਲਾਇਆ, ਕੀ ਕਾਰਨ? ਇਹ ਜਿਹੜਾ ਰਜਿੰਦਰਾ ਹੋਸਪਿਟਲ ਦੇ ਅੰਦਰ 150 ਕਰੋੜ ਦਾ ਪ੍ਰੋਜੈਕਟ ਸਾਡੇ ਆਦਰਣੀ ਜੈ ਪ੍ਰਕਾਸ਼ ਨੱਡਾ ਜੀ ਜਿਹੜੇ ਕੇਂਦਰ ਸਰਕਾਰ ਦੇ ਸਿਹਤ ਮੰਤਰੀ ਨੇ, ਉਹਨਾਂ ਨੇ ਪ੍ਰੋਜੈਕਟ ਮਨਜ਼ੂਰ ਕੀਤਾ ਅਤੇ ਗੁਰਤੇਜ ਸਿੰਘ ਢਿੱਲੋਂ ਨੇ ਬਹੁਤ ਯਤਨ ਕੀਤੇ ਇਹਦੇ 'ਚ, ਉਹਨਾਂ ਨੂੰ ਜਾ ਕੇ ਕਨਵਿੰਸ ਕਰਾਇਆ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣਾ ਪੰਜਾਬ ਸਰਕਾਰ ਦਾ ਹਿੱਸਾ ਦਿੱਤਾ। ਇਹ ਪ੍ਰੋਜੈਕਟ ਬਣ ਕੇ ਤਿਆਰ ਹੋ ਰਿਹਾ ਅਤੇ ਇਹਦੇ 'ਚ ਜਿਹੜਾ ਕਾਂਗਰਸ ਦਾ ਲੈਂਡ ਮਾਫੀਆ ਹੈਗਾ, ਉਹਨਾਂ ਨੇ ਪ੍ਰੋਜੈਕਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਕਰਕੇ ਅੱਜ ਫਿਰ ਲੋਕਾਂ ਦਾ ਹੀ, ਸਾਡੇ ਕੋਲ ਤਾਂ ਸਹਾਰਾ ਹੁੰਦਾ, ਅਸੀਂ ਅਪੋਜੀਸ਼ਨ 'ਚ ਬੈਠੇ ਹਾਂ, ਲੋਕਤੰਤਰਿਕ ਤਰੀਕਾ ਇਹੀ ਹੈ ਕਿ ਅਸੀਂ ਧਰਨੇ ਪ੍ਰਦਰਸ਼ਨ ਕਰੀਏ, ਸਰਕਾਰ ਨੂੰ ਜਗਾਈਏ। ਅਤੇ ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕੋ ਹੀ ਗੱਲ ਕਹਿੰਦੇ ਹਾਂ ਕਿ ਜਾਂ ਤਾਂ ਕੰਮ ਸੁਧਾਰ ਲਓ ਤੁਸੀਂ, ਜੇ ਨਹੀਂ ਸੁਧਾਰੋਗੇ, ਜਿੰਨੇ ਗਲਤ ਕੰਮ ਕਰ ਰਹੇ ਹੋ, ਲੈਂਡ ਮਾਫੀਆ, ਸੈਂਡ ਮਾਫੀਆ, ਗੈਂਗਸਟਰ, ਜੇ ਨਹੀਂ ਕਾਬੂ ਕਰ ਸਕਦੇ ਤਾਂ ਹੁਣ ਸਿੰਘਾਸਨ ਖਾਲੀ ਕਰੋ, ਫਿਰ ਜਨਤਾ ਆਈ ਆ। ਇਹ ਸਮਝ ਲੈਣ ਹੁਣ ਅੱਗੇ 2019 ਤੱਕ ਅਸੀਂ ਸੜਕਾਂ 'ਤੇ ਹੀ ਦਿਖਾਈ ਦੇਣਾ ਔਰ ਇਹਨਾਂ ਦੇ ਮਹਿਲ ਦੀ ਤਰਫ ਨੂੰ ਜਾਂਦੇ ਦਿਖਾਈ ਦੇਵਾਂਗੇ ਔਰ ਇਹ ਜਨਤਾ ਦੇ ਵਹਾਅ ਨੂੰ ਕੋਈ ਰੋਕ ਨਹੀਂ ਸਕਿਆ। ਜਾਂ ਤਾਂ ਲੋਕ ਹਿੱਤ ਦੇ ਕੰਮ ਚਾਲੂ ਕਰ ਦਿਓ, ਜਿਹੜੇ ਲੋਕ ਵਿਰੋਧੀ ਨੀਤੀਆਂ ਨੇ ਉਹਨਾਂ ਨੂੰ ਬੰਦ ਕਰ ਦਿਓ, ਲੋਕਾਂ 'ਤੇ ਝੂਠੇ ਮੁਕੱਦਮੇ ਬਣਾਉਣੇ ਬੰਦ ਕਰ ਦਿਓ ਔਰ ਜਿਹੜਾ ਇਹ ਨਸ਼ਿਆਂ ਦਾ ਕੰਮ ਆ, ਸੱਟੇ ਦਾ ਕੰਮ ਆ, ਹੋਰ ਜਿੰਨੀਆਂ ਬੁਰਾਈਆਂ ਨੇ, ਕੇਵਲ ਮਾਫੀਆ, ਇਹ ਬੰਦ ਕਰੋ। ਜੇ ਨਹੀਂ ਬੰਦ ਕਰਵਾ ਸਕਦੇ ਤਾਂ ਫਿਰ ਸਿੰਘਾਸਨ ਖਾਲੀ ਕਰੋ। ਇਹੀ ਅਸੀਂ ਉਹਨਾਂ ਨੂੰ, ਤੁਸੀਂ ਕਿੱਥੇ ਚੱਲੇ ਇਸ ਟਾਈਮ ਧਰਨਾ? ਅਸੀਂ ਉਹਨਾਂ ਦੇ ਮਹਿਲ ਦੀ ਤਰਫ ਚੱਲੇ ਹਾਂ। ਜਿਵੇਂ ਜਿਹੜੀ ਗੱਲ ਕੀਤੀ ਜਾਵੇ, ਨਸ਼ਾ ਜਿਹੜਾ ਕੈਪ ਪਹਿਲੀ ਸਰਕਾਰ ਦੇ ਆਰੋਪ ਲੱਗੇ ਗਏ ਆ, ਇਸ ਵਾਰ ਜਿਹੜਾ ਨਸ਼ਾ ਕਿਹਾ ਜਾਂਦਾ ਕਿ ਇਸ ਨਾਲ ਡਬਲ ਹੋ ਗਿਆ, ਇਹਦੇ 'ਤੇ ਤੁਸੀਂ ਕਹਿਣਾ ਚਾਹੁੰਦੇ ਜਿਵੇਂ ਕਿ ਗੁਟਕਾ ਸਾਹਿਬ ਚੱਕ ਕੇ ਕਸਮ ਖਾਈ? ਦੇਖੋ, ਇਸ ਤਰ੍ਹਾਂ ਪਹਿਲਾਂ ਲੜਕੀਆਂ ਨਸ਼ੇ ਨਾਲ ਕਦੇ ਨਹੀਂ ਮਰਦੀਆਂ ਸੀ, ਕਦੇ ਨਹੀਂ ਵਿਚਾਰੀਆਂ ਜਾਨ ਦਿੰਦੀਆਂ ਸੀ ਔਰ ਲੜਕੇ ਵੀ ਇਸ ਤਰ੍ਹਾਂ ਮੌਤ ਨਹੀਂ ਹੁੰਦੀ ਸੀ। ਹੁਣ ਮੌਤ ਹੋਣ ਲੱਗ ਗਈ, ਈਵਨ 5 ਤਾਂ ਮੁਲਾਜ਼ਮ ਜਿਹੜੇ ਪੁਲਿਸ ਦੇ ਨਸ਼ਾ ਕਰਦੇ ਹੋਏ ਉਹ ਮਾਰੇ ਗਏ ਨੇ, ਉਹਨਾਂ ਦੇ ਗਲਤ ਟੀਕਾ ਲੱਗਣ ਕਰਕੇ ਉਹ ਮਰ ਗਏ, ਇਹ ਔਨ ਰਿਕਾਰਡ ਆ। ਇਸ ਕਰਕੇ ਨਸ਼ਿਆਂ ਦਾ ਬਹੁਤ ਬੁਰਾ ਹਾਲ ਆ। ਕੈਪਟਨ ਸਾਹਿਬ ਆਪਣਾ ਵਾਅਦਾ ਪੂਰਾ ਕਰਨ, ਇਹਦੇ 'ਚ 2 ਹੀ ਚੀਜ਼ਾਂ ਨੇ, ਇੱਕ ਤਾਂ ਪੁਲਿਸ ਅਫੀਸਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਸਿਖਾ ਦੇਣ, ਤਨਖਾਹ 'ਚ ਗੁਜ਼ਾਰਾ ਕਰਨਾ ਸਿਖਾ ਦੇਣ, ਦੂਜਾ ਉਹਨਾਂ ਦੀਆਂ ਨਿਯੁਕਤੀਆਂ ਯੋਗਤਾ ਦੇ ਹਿਸਾਬ ਨਾਲ ਹੋਣ, ਸਰਕਾਰਾਂ ਨਾ ਕਰਨ, ਇਹ ਕਾਂਗਰਸ ਹੀ ਨਾ ਕਰਾਉਣ। ਅਤੇ ਪੰਜਾਬ ਪੁਲਿਸ ਬਹੁਤ ਬਹਾਦਰ ਆ, ਬਹੁਤ ਅੱਛੀ ਆ, ਉਹ ਨਸ਼ੇ ਬੰਦ ਕਰ ਦੂਗੇ ਇੱਕ ਹਫ਼ਤੇ 'ਚ, ਮੈਂ ਕਹਿੰਦਾ ਇਹ ਗੱਲ, ਪਰ ਉਹਨਾਂ 'ਤੇ ਦਬਾਅ ਬਣਾਉਂਦੇ ਆ, ਆਪਦੇ ਲੋਕਾਂ ਨੂੰ ਬਚਾਉਂਦੇ ਆ, ਨਸ਼ਿਆਂ ਦੇ ਸੁਦਾਗਰਾਂ ਨੂੰ ਬਚਾਉਂਦੇ ਆ, ਇਸ ਕਰਕੇ ਨਸ਼ੇ ਬੰਦ ਨਹੀਂ ਹੋ ਰਹੇ। ਇਹਦੇ 'ਚ ਬੀਜੇਪੀ ਦਾ ਕੀ ਰੋਲ ਰਹੇਗਾ, ਜਿਵੇਂ ਅਸੀਂ ਜਨਤਾ 'ਚ ਜਾਗਰੂਕਤਾ ਦੀ ਮੁਹਿੰਮ ਚਲਾਉਣ ਜਾ ਰਹੇ ਹਾਂ ਔਰ ਜਗ੍ਹਾ ਜਗ੍ਹਾ ਅਸੀਂ ਆਵਾਂਗੇ। ਜੋਸ਼ੀ ਫਾਊਂਡੇਸ਼ਨ ਦੇ ਨਾਂ 'ਤੇ ਵੀ ਅਸੀਂ ਡਿਸਟ੍ਰਿਕਟ ਲੈਵਲ 'ਤੇ ਜਿਹੜੇ ਆ ਸੈਮੀਨਾਰ ਟਾਈਪ ਕਰ ਰਹੇ ਹਾਂ, ਇੱਕ ਅਸੀਂ ਕਰ ਚੁੱਕੇ ਹਾਂ ਚੰਡੀਗੜ੍ਹ 'ਚ, ਬਾਕੀ ਜਗ੍ਹਾ ਅਸੀਂ ਕਰ ਰਹੇ ਹਾਂ, ਉਹਦੇ 'ਚ ਮੀਡੀਆ ਦਾ ਸਹਿਯੋਗ ਵੀ ਲੈ ਰਹੇ ਹਾਂ।